ਸੂਰਜ ਸਾਡੇ ਜੀਵਨ ਅਤੇ ਸਾਡੇ ਗ੍ਰਹਿ ਦੇ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੈ। ਅਸੀਂ ਸੂਰਜ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਸੂਰਜ ਦੀ ਉਮਰ ਕਿੰਨੀ ਹੋਵੇਗੀ, ਜੋ ਸਾਡੇ ਲਈ ਬਹੁਤ ਜ਼ਰੂਰੀ ਹੈ? ਅਸੀਂ ਸਾਰੇ ਜਾਣਦੇ ਹਾਂ ਕਿ ਇਹ ਗਰਮ ਗੈਸ ਦਾ ਇੱਕ ਵੱਡਾ ਸਾਰਾ ਗੋਲਾ ਹੈ ਜੋ ਲਗਾਤਾਰ ਊਰਜਾ ਪੈਦਾ ਕਰਦਾ ਰਹਿੰਦਾ ਹੈ। ਹਾਲਾਂਕਿ ਕੀ ਤੁਸੀਂ ਕਦੇ ਸੋਚਿਆ ਹੈ ਕਿ ਸੂਰਜ ਦੀ ਉਮਰ ਕਿੰਨੀ ਹੈ ਅਤੇ ਇਹ ਕਿੰਨਾ ਚਿਰ ਜੀਵੇਗਾ? ਸੂਰਜ ਸਾਡੀ ਧਰਤੀ ਸਮੇਤ ਪੂਰੇ ਸੂਰਜੀ ਮੰਡਲ ਦਾ ਕੇਂਦਰ ਹੈ। ਇਹ ਊਰਜਾ ਦਾ ਇੱਕ ਬਹੁਤ ਵੱਡਾ ਸਰੋਤ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸੂਰਜ ਕਿੰਨਾ ਚਿਰ ਰਹੇਗਾ? ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਸੰਸਾਰ ਨੂੰ ਰੋਸ਼ਨ ਕਰਨ ਵਾਲਾ ਸੂਰਜ ਹਮੇਸ਼ਾ ਚਮਕਦਾ ਰਹੇਗਾ? ਇਸ ਸਵਾਲ ਦਾ ਜਵਾਬ ਹੈ ਨਹੀਂ। ਸੂਰਜ ਵੀ ਇੱਕ ਤਾਰਾ ਹੈ ਅਤੇ ਹਰ ਤਾਰੇ ਵਾਂਗ ਇਸਦੀ ਵੀ ਆਪਣੀ ਉਮਰ ਹੈ। ਸੂਰਜ ਲਗਭਗ 4.6 ਅਰਬ ਸਾਲ ਪੁਰਾਣਾ ਤਾਰਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜੇ ਵੀ ਆਪਣੇ ਜੀਵਨ ਦੇ ਮੱਧ ਪੜਾਅ ਤੇ ਹੈ। ਨਾਸਾ ਦੇ ਅਨੁਸਾਰ ਸੂਰਜ ਅਜੇ ਵੀ 5 ਬਿਲੀਅਨ ਸਾਲ ਤੱਕ ਹੋਰ ਜਿਉਂਦਾ ਹੈ। ਇਸ ਦੀ ਕੁੱਲ ਉਮਰ 9 ਤੋਂ 10 ਅਰਬ ਸਾਲ ਹੈ। ਜਦੋਂ ਇਸਦੀ ਉਮਰ ਆਪਣੇ ਅੰਤ ਤੱਕ ਪਹੁੰਚ ਜਾਂਦੀ ਹੈ ਤਾਂ ਸੂਰਜ ਅੱਗ ਦਾ ਗੋਲਾ ਨਹੀਂ ਰਹੇਗਾ, ਪਰ ਇਸਦੀ ਚਮਕ ਫਿੱਕੀ ਨਹੀਂ ਹੋਵੇਗੀ। ਇਹ ਹੁਣ ਨਾਲੋਂ 2000 ਗੁਣਾ ਚਮਕਦਾਰ ਬਣ ਜਾਵੇਗਾ। ਸੂਰਜ ਦੇ ਅੰਦਰ ਹਾਈਡਰੋਜਨ ਨਾਂ ਦਾ ਤੱਤ ਹੈ। ਇਹ ਹਾਈਡਰੋਜਨ ਪਰਮਾਣੂ ਇਕੱਠੇ ਮਿਲ ਕੇ ਹੀਲੀਅਮ ਬਣਾਉਂਦੇ ਹਨ। ਇਸ ਪ੍ਰਕਿਰਿਆ ਰਾਹੀਂ ਬਹੁਤ ਸਾਰੀ ਊਰਜਾ ਨਿਕਲਦੀ ਹੈ, ਜਿਸ ਕਾਰਨ ਸੂਰਜ ਗਰਮ ਰਹਿੰਦਾ ਹੈ। ਉਮਰ ਪੂਰੀ ਹੋਣ ਤੋਂ ਬਾਅਦ ਸੂਰਜ ਹੋਰ ਵੀ ਵੱਡਾ ਹੋ ਜਾਵੇਗਾ, ਪਰ ਪੂਰੀ ਤਰ੍ਹਾਂ ਠੰਡਾ ਹੋ ਜਾਵੇਗਾ। ਜਦੋਂ ਸੂਰਜ ਦੇ ਅੰਦਰਲੇ ਹਿੱਸੇ ਦੇ ਵਿੱਚ ਸਾਰਾ ਹਾਈਡਰੋਜਨ ਖਤਮ ਹੋ ਜਾਂਦਾ ਹੈ ਤਾਂ ਇਹ ਲਾਲ ਹੋ ਜਾਵੇਗਾ। ਕਿਸੇ ਵੀ ਤਾਰੇ ਜਾਂ ਫਿਰ ਗ੍ਰਹਿ ਦੀ ਉਮਰ ਉਸਦੀ ਮਿੱਟੀ ਅਤੇ ਚੱਟਾਨਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਫਿਰ ਸੂਰਜ ਦੀ ਉਮਰ ਵੀ ਇਸੇ ਤਰ੍ਹਾਂ ਨਿਰਧਾਰਿਤ ਕੀਤੀ ਜਾ ਸਕਦੀ ਹੈ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ, ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰੋ ਆਪਣੇ ਵਿਚਾਰ।